ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅਸੀਂ ਇਸ ਵਕਤ ਬਾਬਾ ਹੈਦਰ ਸ਼ੇਖ ਦਰਦ ਆਸ਼ਰਮ ਬੇਦੀ ਨਗਰ ਮੋਗਾ ਵਿਖੇ ਮੌਜੂਦ ਹਾਂ। ਅੱਜ ਸਾਡੇ ਆਸ਼ਰਮ ਲਈ ਬਹੁਤ ਦੁੱਖ ਦੀ ਘੜੀ ਆ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ, ਜੋ ਪਿਛਲੇ ਡੇਢ ਸਾਲ ਤੋਂ ਮਾਤਾ ਬਲਵੀਰ ਕੌਰ ਦਾ ਪਿੰਡ ਲਹਿਰਾ ਮਤਲਬ ਕਿ ਜ਼ਿਲ੍ਹਾ ਫਿਰੋਜ਼ਪੁਰ ਤੋਂ ਨੇ, ਇਸ ਮਾਤਾ ਦੇ ਚਾਰ ਬੇਟੀਆਂ ਨੂੰ ਜਨਮ ਦਿੱਤਾ ਆਪਣੀ ਕੁੱਖੋਂ, ਦੋ ਬੇਟਿਆਂ ਨੂੰ ਆਪਣੇ ਕੁੱਖੋਂ ਜਨਮ ਦਿੱਤਾ ਮਾਤਾ ਨੇ। ਜੇਕਰ ਆਪਾਂ ਗੱਲ ਕਰੀਏ ਪਿਛਲੇ ਡੇਢ ਸਾਲ ਤੋਂ, ਨਾ ਤਾਂ ਦੋ ਬੇਟੇ ਇੱਥੇ ਆਏ ਇਹਨਾਂ ਦੇ, ਅਤੇ ਨਾ ਇਹਨਾਂ ਦੀਆਂ ਤਿੰਨ ਕੁੜੀਆਂ ਇੱਥੇ ਆਈਆਂ। ਇੱਕ ਭੈਣ ਆ ਮਾਨੂਕਿਆਂ ਤੋਂ, ਮਾਤਾ ਭੈਣ ਚੁੱਪਾ, ਇਹ ਭੈਣ ਆ ਕੇ ਜ਼ਰੂਰ ਇੱਥੇ ਆ ਕੇ ਮਿਲਦੀ ਰਹੀ ਹੈ, ਇਹਨੂੰ ਦੁੱਖ ਸੁੱਖ ਵਿੱਚ ਖੜਦੀ ਰਹੀ ਆ, ਆ ਕੇ ਹਾਲ ਚਾਲ ਪੁੱਛਿਆ ਮਾਤਾ ਨੇ। ਪਰ ਜੇ ਗੱਲ ਕਰੀਏ ਛੇਆਂ ਧੀਆਂ ਪੁੱਤਾਂ ਨੂੰ ਆਪਣੀ ਕੁੱਖੋਂ ਜਨਮ ਦੇ ਕੇ ਅੱਜ ਅੰਤਮ ਮੌਕੇ ਮਾਤਾ ਨੂੰ ਮਿਲਣ ਲਈ, ਉਹਦਾ ਮੂੰਹ ਦੇਖਣ ਲਈ ਕੋਈ ਨਹੀਂ ਪਹੁੰਚਿਆ ਹੈਗਾ, ਕਿੱਡੇ ਦੁੱਖ ਦੀ ਗੱਲ ਆ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈਗਾ। ਮੁੰਡੇ ਵੀ ਇਹਦੇ ਮਾਤਾ ਦੇ ਇੱਥੇ ਰਹਿੰਦੇ ਆ ਮੋਗੇ, ਉਹਨਾਂ ਨੇ ਬਿਲਕੁਲ ਕੋਈ ਪਰਵਾਹ ਨਹੀਂ ਕੀਤੀ। ਪਹਿਲਾਂ ਵੀ ਅਸੀਂ ਬਹੁਤ ਵਾਰੀ ਉਹਨਾਂ ਨੂੰ ਮੈਸੇਜ ਦੇ ਚੁੱਕੇ ਹਾਂ ਕਿ ਮਾਤਾ ਨੂੰ ਮਿਲ ਲਓ, ਨਹੀਂ ਆਏ ਗਏ, ਨਾ ਤਿੰਨੇ ਕੁੜੀਆਂ ਇਹਨਾਂ ਦੀਆਂ ਆਈਆਂ। ਇੱਕ ਮਾਤਾ ਨੇ ਤਾਂ ਆਪਣੇ ਛੇਆਂ ਬੱਚਿਆਂ ਨੂੰ ਪਾਲ ਪੜੋਸ ਲਿਆ, ਛੇਆਂ ਬੱਚਿਆਂ ਨੇ ਇੱਕ ਮਾਤਾ ਨੂੰ ਨਹੀਂ ਸਾਂਭਿਆ ਹੈਗਾ। ਮਾਤਾ ਕੋਲ 2-2.5 ਕਿੱਲੇ ਜ਼ਮੀਨ ਦੇ ਵੀ ਸੀਗੇ, ਉਹ ਵੀ ਸਾਰਿਆਂ ਨੇ ਆਪਣੇ ਹਿੱਸੇ ਵੰਡ ਲਏ ਹੈਗੇ, ਅਤੇ ਪਿਛਲੇ ਡੇਢ ਸਾਲ ਤੋਂ ਮਾਤਾ ਨੂੰ ਇੱਕ ਵਾਰ ਨਹੀਂ ਆ ਕੇ ਪੁੱਛਿਆ ਉਹਨਾਂ ਨੇ, ਬਗੈਰ ਇੱਕ ਭੈਣ ਤੋਂ। ਬਸ ਅਸੀਂ ਪਰਮਾਤਮਾ ਅੱਗੇ, ਸਾਡੇ ਕੋਲ ਜਿਹੜੀ ਪਰਮਾਤਮਾ ਨੇ ਸੇਵਾ ਲੈਣੀ ਸੀਗੀ ਮਾਤਾ ਦੀ, ਸਾਡੇ ਸਿਰ 'ਤੇ ਹੱਥ ਲੱਗ ਕੇ ਸੇਵਾ ਲਈ, ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਗਾ ਮਾਤਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ, ਅਤੇ ਸਾਡੇ ਪਰਿਵਾਰ ਨੂੰ ਪਿੱਛੇ ਬਾਬਾ ਹੈਦਰ ਸ਼ੇਖ ਦਰਦ ਆਸ਼ਰਮ ਅਤੇ ਪਰਿਵਾਰ ਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਾਤਾ ਸਾਡੇ ਕੋਲ ਬਲਵੀਰ ਕੌਰ, ਇਹਨਾਂ ਦਾ ਪਿੰਡ ਲਹਿਰਾ ਤਹਿਸੀਲ ਮਖੂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸੀ, ਜਿਨ੍ਹਾਂ ਦੀ ਉਮਰ ਕਰੀਬ 80 ਤੋਂ 85 ਸਾਲ ਸੀਗੀ। ਇਹ ਮਾਤਾ ਜੀ ਸਾਨੂੰ ਪਿਛਲੇ ਡੇਢ ਸਾਲ ਤੋਂ ਲਵਾਰ ਸਾਲਤ ਵਿੱਚ ਮਿਲੇ ਸੀਗੇ, ਅਤੇ ਮਾਤਾ ਦੇ ਚਾਰ ਬੇਟੀਆਂ ਦੋ ਬੇਟੇ ਸੀਗੇ, ਜਿਹੜੇ ਸੰਸਕਾਰ ਮੌਕੇ ਇਹਨਾਂ ਦਾ ਨਾਂ ਤਾਂ ਕੋਈ ਬੇਟਾ ਪਹੁੰਚਿਆ, ਚਾਰਾਂ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਇਹਨਾਂ ਦੀ ਮਾਂ ਨੂੰ ਕੇ ਵਿਆਹੀ ਆ, ਉਹ ਉਸ ਮੌਕੇ ਜ਼ਰੂਰ ਅੰਤਮ ਸਮੇਂ ਪਹੁੰਚੀ ਹੈਗੀ। ਕੀ ਕਹਿਣਾ ਚਾਹੋਗੇ, ਇੱਦਾਂ ਜਦੋਂ ਬੱਚੇ ਨੂੰ ਮਾਂ ਪਾਲ ਲੈਂਦੀ ਹੈ ਅਤੇ ਬੱਚਿਆਂ ਨੂੰ ਪਾਲਣਾ ਬੜਾ ਔਖਾ ਲੱਗਦਾ, ਬੋਝ ਲੱਗਦਾ? ਹਾਂਜੀ, ਇਹ ਬਹੁਤ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈਗੀ, ਮਾਤਾ ਨੇ ਆਪਣੇ ਕੁੱਖੋਂ ਚਾਰ ਬੇਟੀਆਂ ਨੂੰ ਜਨਮ ਦਿੱਤਾ, ਦੋ ਬੇਟਿਆਂ ਨੂੰ ਜਨਮ ਦਿੱਤਾ, ਅਤੇ ਉਹਨਾਂ ਨੇ ਮਾਤਾ ਨੇ ਤਾਂ 6 ਬੱਚਿਆਂ ਨੂੰ ਪਾਪ ਲੋਸ ਕੇ ਵੱਡੇ ਕਰਤਾ, ਉਹਨਾਂ ਦੀਆਂ ਸ਼ਾਦੀਆਂ ਵੀ ਕਰਤੀਆਂ, ਪਰ ਇਹਨਾਂ 6 ਬੱਚਿਆਂ ਤੋਂ ਇੱਕ ਮਾਤਾ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ। ਬਹੁਤ ਦੁੱਖ ਦੀ ਗੱਲ ਆ, ਬਹੁਤ ਮਾੜੀ ਗੱਲ ਆ, ਜੋ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਦੋਂ ਹੋ ਰਿਹਾ ਗਾ, ਇਹ ਦੁੱਖ ਭਰੀ ਕਹਾਣੀ ਹੈਗੀ। ਕਿਉਂਕਿ ਬਿਰਧ ਆਸ਼ਰਮ ਜਦੋਂ ਵੀ ਖੋਲ੍ਹੇ ਜਾਂਦੇ ਹੈਗੇ ਪੰਜਾਬ ਦੇ ਵਿੱਚ, ਪਹਿਲੀ ਗੱਲ ਤਾਂ ਇਹ ਬਿਰਧ ਆਸ਼ਰਮ ਸਾਡੇ ਸਮਾਜ ਲਈ ਕਲੰਕ ਨੇ। ਬਿਰਧ ਆਸ਼ਰਮ ਉਹਨਾਂ ਲਈ ਹੁੰਦੇ ਹੈਗੇ ਜੋ ਲਵਾਰਸ ਹਾਲਾਤਾਂ ਦੇ ਵਿੱਚ ਰੋਡਾਂ ਦੇ ਉੱਪਰ ਸੜਕਾਂ ਦੇ ਉੱਪਰ ਘੁੰਮ ਰਹੇ ਨੇ ਵਿਅਕਤੀ, ਉਹਨਾਂ ਲਈ ਹੁੰਦੇ ਆ, ਨਾ ਕਿ ਜਿਨ੍ਹਾਂ ਦੇ 6-6 ਬੱਚੇ ਆ ਉਹਨਾਂ ਲਈ ਬਿਰਧ ਆਸ਼ਰਮ ਨਹੀਂ ਹੁੰਦੇ ਗੇ। ਤੁਹਾਨੂੰ ਮਾਤਾ ਕਿੱਥੋਂ ਮਿਲੀ? ਇਹ ਮਾਤਾ ਜੀ ਸਾਨੂੰ ਮੋਗਾ ਸ਼ਹਿਰ ਦੇ ਵਿੱਚੋਂ ਹੀ ਲਵਾਰਸ ਹਾਲਤ ਦੇ ਵਿੱਚ ਮਿਲੇ ਸੀਗੇ, ਅਤੇ ਜਦੋਂ ਮਾਤਾ ਸਾਡੇ ਕੋਲ ਆਈ ਆ, ਬਹੁਤ ਵਧੀਆ ਸਿਹਤ ਸੀਗੀ ਇਹਨਾਂ ਦੀ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਬਹੁਤ ਵਧੀਆ ਠੀਕ ਰਹੇ ਹੈਗੇ। ਮਾਤਾ ਨੇ ਜਿਸ ਦਿਨ ਮਾਤਾ ਦੀ ਡੈਥ ਹੁੰਦੀ ਹੈਗੀ, ਸ਼ਾਮ ਨੂੰ ਮਾਤਾ ਨੇ 2 ਸੇਬ ਵੀ ਖਾਧੇ ਹੈਗੇ, ਬੜੀ ਵਧੀਆ ਸੀਗੀ ਮਾਤਾ। ਅਤੇ ਮਾਤਾ ਦੇ ਪਰਿਵਾਰ ਨੂੰ ਅਸੀਂ ਮੈਸੇਜ ਵੀ ਪਹਿਲਾਂ ਕਈ ਵਾਰ ਪਹੁੰਚਦਾ ਕਰ ਚੁੱਕੇ ਹਾਂ ਕਿ ਮਾਤਾ ਤੁਹਾਨੂੰ ਮਿਲਣਾ ਚਾਹੁੰਦੀ ਹੈਗੀ, ਪਰ ਇਹਨਾਂ ਦੇ ਦੋਨਾਂ ਬੇਟਿਆਂ ਨੇ ਮੋਗੇ ਰਹਿੰਦੇ ਹੈਗੇ, ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਨਾ ਇਹਨਾਂ ਦੀਆਂ ਬੇਟੀਆਂ ਨੇ ਪਰਵਾਹ ਕੀਤੀ ਹੈਗੀ। ਇੱਕ ਬੇਟੀ ਜ਼ਰੂਰ ਆਈ ਹੈਗੀ, ਮੈਂ ਉਹਦਾ ਧੰਨਵਾਦ ਕਰਦਾ ਹਾਂਗਾ, ਕਿਉਂਕਿ ਪੁੱਤ ਜ਼ਮੀਨਾਂ ਵੜਾਉਂਦੇ ਨੇ, ਧੀਆਂ ਦੁੱਖ ਵੜਾਉਂਦੀਆਂ ਨੇ, ਉਸ ਮੈਂ ਭੈਣ ਦਾ ਤਹਿ ਦਿਲੋਂ ਧੰਨਵਾਦ ਕਰਦਾਂਗਾ ਜਿਹਨੇ ਅੰਤਮ ਸਮੇਂ ਆ ਕੇ ਮਾਤਾ ਦੇ ਦਰਸ਼ਨ ਕੀਤੇ ਆ। ਤੁਸੀਂ ਗੱਲ ਕਰ ਰਹੇ ਸੀ ਵੀ ਬੱਚੇ ਦੋਨੇ ਮੋਗੇ ਰਹਿੰਦੇ ਆ, ਤੁਸੀਂ ਇਹਨਾਂ ਨੂੰ ਮੋਗੇ ਆਪਦੇ ਆਸ਼ਰਮ 'ਚ ਰੱਖਿਆ ਹੋਇਆ,
मैसेज जी जी यदि भैन माणुकियां वाले अपना उन्हां दी आई है कि माता की बेटी आई है, मैं उन्होंने बहुत वारी मैसेज भेज चुका गा कि माता नूं आके मैडम बेटे माता उन्हां नूं याद करती है, पर उन्होंने कोई परवाह ही नहीं की, बिल्कुल नहीं आए गए, कहने के बावजूद भी नहीं आए। ਤੁਹਾਨੂੰ ਨਹੀਂ ਲੱਗਦਾ ਆਉਣ ਵਾਲਾ ਸਮਾਂ ਇਹ ਤੋਂ ਵੀ ਮਾੜਾ ਹੋਏਗਾ? ਗੱਲ ਤਾਂ ਇਸ ਤਰ੍ਹਾਂ ਜੀ ਆ, ਮੈਂ ਨਾ ਸਾਰੇ ਹੀ ਸਮਾਜ ਦੇ ਸਾਡੇ ਸਤਿਕਾਰਯੋਗ ਭੈਣਾਂ ਨੂੰ ਵੀਰਾਂ ਨੂੰ ਇੱਕ ਬੇਨਤੀ ਕਰਦਾਗਾ, ਜੇਕਰ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦੀ ਸੇਵਾ ਸੰਭਾਲ ਨਹੀਂ ਨਾ ਕਰ ਸਕਦੇਗੇ, ਸਾਨੂੰ ਕਿਸੇ ਗੁਰਦੁਆਰਾ ਮੰਦਿਰ ਮਸਜਿਦ ਜਾਣ ਦਾ ਕੋਈ ਹੱਕ ਨਹੀਂ, ਸਾਨੂੰ ਉੱਥੋਂ ਕੋਈ ਫਲ ਨਹੀਂ ਮਿਲਦਾ ਗਾ, ਕਿਉਂਕਿ ਘਰ ਦੇ ਵਿੱਚ ਹੀ ਸਾਡੇ ਮਾਤਾ ਪਿਤਾ ਰੱਬ ਵਰਗੇ ਹੁੰਦੇ ਆ, ਸਾਨੂੰ ਉਹਨਾਂ ਦੀ ਪੂਜਾ ਰੱਬ ਵਾਂਗ ਕਰਨੀ ਚਾਹੀਦੀ ਹੈਗੀ, ਅਤੇ ਫਿਰ ਅਸੀਂ ਜੇਕਰ ਗੁਰਦੁਆਰਾ ਜਾਵਾਂਗੇ ਤਾਂ ਫਿਰ ਸਾਨੂੰ ਗੁਰਦੁਆਰਿਆਂ ਵੀ ਫਲ ਮਿਲੇਗਾ, ਅਤੇ ਸਾਡੇ ਕੋਲੋਂ ਸਾਡੇ ਮਾਤਾ ਪਿਤਾ ਦਾ ਵੀ ਸਾਨੂੰ ਆਸ਼ੀਰਵਾਦ ਮਿਲੇਗਾ, ਅਤੇ ਅਸੀਂ ਫਿਰ ਹੀ ਤਰੱਕੀਆਂ ਕਰ ਸਕਦੇ ਹਾਂ। ਅਤੇ ਮੈਂ ਅੱਗੇ ਇਹ ਵੀ ਬੇਨਤੀ ਕਰਾਂਗਾ ਆਪਣੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ, ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਆ ਕਰੋ, ਤਾਂ ਜੋ ਸਮਾਜ ਦੇ ਵਿੱਚ ਰਹਿ ਕੇ ਇੱਕ ਚੰਗੇ ਇਨਸਾਨ ਅਤੇ ਇੱਕ ਚੰਗੇ ਦੇਸ਼ ਦੇ ਨਾਗਰਿਕ ਬਣ ਸਕਣ। ਤੁਸੀਂ ਵੀ ਇੱਕ ਮਾਂ ਦੇ ਪੁੱਤ ਹੋ, ਤੁਸੀਂ ਕਿੰਨੀਆਂ ਮਾਵਾਂ ਨੂੰ ਕਿਸੇ ਪਿਓਾਂ ਨੂੰ ਸੰਭਾਲੀ ਬੈਠੇ, ਦੋ ਆਸ਼ਰਮ ਤੁਹਾਡੇ ਬਣਾਏ ਹੋਏ ਨੇ ਲੋਕਾਂ ਲਈ, ਅਤੇ ਕੀ ਕਹਿਣਾ ਚਾਹੁੰਦੇ? ਲੋਕ ਬਾਹਰ ਜਾ ਰਹੇ ਨੇ, ਸੋਚਣ ਦੇ ਵਿੱਚ ਇਹ ਵੀ ਆ ਰਿਹਾ ਵਾ ਕਿ ਲੋਕਾਂ ਨੇ ਤਾਂ ਬਾਹਰ ਚਲੇ ਜਾਣਾ, ਇੱਥੇ ਬਜ਼ੁਰਗਾਂ ਨੂੰ ਕੌਣ ਸੰਭਾਲੇਗਾ? ਹਾਂਜੀ, ਇਹ ਚਲੋ ਇਹ ਵੀ ਕਹਿਣਾ ਪੈ ਰਿਹਾ ਹੈਗਾ, ਕਿਉਂਕਿ ਮੇਰੇ ਵੀ ਦੋ ਬੱਚੇ ਆ, ਬੇਟਾ ਬੇਟੀ ਦੋਨੇ ਕੈਨੇਡਾ ਦੇ ਵਿੱਚ ਆ, ਅਤੇ ਸਾਨੂੰ ਇਹ ਅਫਸੋਸ ਹੈਗਾ। ਮੈਨੂੰ ਆਪ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰ ਮਹਿਸੂਸ ਹੁੰਦਾ ਗਾ, ਬੇਟੇ ਦੋਨੋਂ ਬਾਹਰ ਆ ਗਏ ਅਤੇ ਕੱਲ੍ਹ ਨੂੰ ਕੌਣ ਸਾਡੀ ਸਾਂਭ ਸੰਭਾਲ ਕਰੇਗਾ? ਪਰ ਬੱਚੇ ਕਹਿੰਦੇ ਨਹੀਂ, ਅਸੀਂ ਤੁਸੀਂ ਜਿਵੇਂ ਆਪਣੇ ਬਿਰਧ ਆਸ਼ਰਮ ਦੇ ਵਿੱਚ ਹੋਰਾਂ ਮਾਵਾਂ ਦੀ ਜਿਹੜੇ ਲਵਾਰ ਸਾਲਤ ਜਾਂ ਹੋਰ ਬਜ਼ੁਰਗ ਬੇਸਹਾਰਾ ਉਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ, ਅਸੀਂ ਤੁਹਾਡੀ ਵੀ ਸੇਵਾ ਸੰਭਾਲ ਪ੍ਰੋਪਰ ਤਰੀਕੇ ਨਾਲ ਜ਼ਰੂਰ ਕਰਾਂਗੇ।